ਮਾਮਲਾ ਫਿਲੌਰ ਵਿਖੇ ਹੋਏ ਚਾਰ ਭੈਣਾਂ ਦੇ ਇਕਲੌਤੇ ਭਰਾ ਦੇ ਕਤਲ ਦਾ ਹੈ। ਹਾਲਾਂਕਿ ਪੁਲਿਸ ਨੇ ਇਸ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਚਾਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਨਜੋ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਇੰਸਪੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਾਨਵ ਦੀ ਮਾਤਾ ਰੇਨੂ ਬਾਲਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਹਰਦੀਪ ਕੁਮਾਰ ਪੁੱਤਰ ਬਲਵਿੰਦਰ ਰਾਮ ਵਾਸੀ ਪਿੰਡ ਭਾਰ ਸਿੰਘਪੁਰ, ਅਮਿਤ ਕੁਮਾਰ ਪੁੱਤਰ ਗੁਲਸ਼ਨ ਰਾਮ ਵਾਸੀ ਪਿੰਡ ਪਾਲਣੋ, ਜਸਵੀਰ ਕੁਮਾਰ ਪੁੱਤਰ ਜੋਗਿੰਦਰਪਾਲ ਵਾਸੀ ਪਿੰਡ ਭਾਰ ਸਿੰਘਪੁਰ ਅਤੇ ਪਵਨ ਕੁਮਾਰ ਪੁੱਤਰ ਜੋਗਿੰਦਰਪਾਲ ਵਾਸੀ ਪਿੰਡ ਭਾਰ ਸਿੰਘਪੁਰ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਉੱਪਰ ਧਾਰਾ 302-120-20 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉੱਧਰ ਮ੍ਰਿਤਕ ਮਾਨਵ ਦੀ ਮਾਤਾ ਰੇਨੂ ਬਾਲਾ ਨੇ ਪੁਲਿਸ ਪਾਸੋਂ ਫੜੇ ਗਏ ਉਕਤ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦਿਆਂ ਇਸ ਮੁਕੱਦਮੇ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਹ ਜੀ ਇੱਕ ਪੁਰਾਣੀ ਰੰਜਿਸ਼ ਸੀਗੀ ਨਾ, ਜੀ ਆਪਸੀ ਰੰਜਿਸ਼ ਕਰਕੇ ਝਗੜਾ ਹੋਇਆ ਸੀਗਾ। ਉਸ ਝਗੜੇ ਦੌਰਾਨ ਮਾਨਵ ਨਾਂ ਦਾ ਲੜਕਾ ਇੱਕ ਉਹਦੀ ਮਰਡਰ ਹੋ ਗਿਆ ਸੀਗਾ। ਉਸ ਸੰਬੰਧ ਦੇ ਵਿੱਚ ਅਸੀਂ 13 ਨੰਬਰ FIR ਦਰਜ ਕੀਤੀ 302-120-20 IPC 'ਚ, ਔਰ ਉਸ ਦੇ ਵਿੱਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਆ ਔਰ ਚਾਰਾਂ ਨੂੰ ਅਸੀਂ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦੇ ਰਿਮਾਂਡ 'ਤੇ ਸਾਡੇ ਕੋਲ ਨੇ। ਦੋਸ਼ੀ ਇੱਕ ਹਰਦੀਪ ਸਿੰਘ ਹੈ ਜੀ, ਇੱਕ ਅਮਿਤ ਕੁਮਾਰ ਔਰ ਦੂਸਰਾ ਜਸਵੀਰ, ਤੀਸਰਾ ਅਤੇ ਪਵਨ ਕੁਮਾਰ। ਚਾਰ ਦੋਸ਼ੀ ਟੋਟਲ ਹਾਲੇ ਤੱਕ ਅਸੀਂ ਅਰੈਸਟ ਕੀਤੇ ਜੀ। ਇਸ ਕੇਸ ਦਾ ਕੰਮ ਕੀ ਕੱਲ੍ਹ ਕੀਤਾ? ਇਹਨਾਂ ਦੀ ਆਪਸੀ ਪੁਰਾਣੀ ਰੰਜਿਸ਼ ਸੀਗੀ ਜੀ। ਕੀ ਰਿਮਾਂਡ ਲਿਆ ਜੀ? 2 ਦਿਨ ਦਾ ਰਿਮਾਂਡ ਹੈ ਜੀ ਸਾਡੇ ਕੋਲ। ਉੱਧਰ ਮਾਨਵ ਦੇ ਕਤਲ ਦੇ ਆਰੋਪ ਵਿੱਚ ਗ੍ਰਿਫਤਾਰ ਕੀਤੇ ਗਏ ਸਕੇ ਭਰਾਵਾਂ ਜਸਵੀਰ ਅਤੇ ਪਵਨ ਦੀਆਂ ਪਤਨੀਆਂ ਨੇ ਵੀ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਝਗੜੇ ਵਾਲੇ ਦਿਨ ਜਸਵੀਰ ਇਕੱਲਾ ਹੀ ਸੀ ਜੋ ਕਿ ਆਪਣੇ ਹੱਥ ਰੇੜੇ 'ਤੇ ਪੱਠੇ ਲੈ ਕੇ ਜਾ ਰਿਹਾ ਸੀ ਅਤੇ ਇੰਨੇ ਵਿੱਚ ਹਰਦੀਪ ਅਤੇ ਉਸ ਦੇ 2 ਹੋਰਨਾਂ ਸਾਥੀਆਂ ਨੇ ਜਸਵੀਰ 'ਤੇ ਹਮਲਾ ਕੀਤਾ ਸੀ, ਜਿਨ੍ਹਾਂ ਤੋਂ ਬਚਣ ਲਈ ਜਸਵੀਰ ਭੱਜ ਨਿਕਲਿਆ। ਜਦਕਿ ਪਵਨ ਘਟਨਾ ਸਥਾਨ 'ਤੇ ਮੌਜੂਦ ਨਹੀਂ ਸੀ। ਉਹਨਾਂ ਕਿਹਾ ਕਿ ਜਸਵੀਰ 'ਤੇ ਹੋਏ ਹਮਲੇ ਦੀ ਸਾਰੀ ਘਟਨਾ CCTV ਵਿੱਚ ਵੀ ਕੈਦ ਹੈ। ਉਹਨਾਂ ਕਿਹਾ ਕਿ ਇਸ ਸਾਰੇ ਰੰਜਿਸ਼ ਦੇ ਚੱਲਦਿਆਂ ਹੀ ਨੌਜਵਾਨ ਦੀ ਮੌਤ ਹੋਈ ਹੈ। ਮੈਡਲ ਜੀ, ਮੇਰਾ ਘਰ ਵਾਲਾ ਪੱਠੇ ਲੈ ਕੇ ਆ ਰਿਹਾ ਸੀਗਾ, ਪਿੱਛੋਂ 3 ਬੰਦੇ ਆਏ ਮੋਹਰਿਓਂ, ਮੇਰੇ ਘਰ ਵਾਲੇ ਨਾਲ ਜਸਵੀਰ ਕੁਮਾਰ ਆ, ਹਾਂਜੀ ਮੋਹਰਿਓਂ 3 ਬੰਦੇ ਆਏ ਆ ਜੀ, ਅਤੇ ਉਹਨਾਂ ਨੇ ਆਉਂਦਿਆਂ ਨੇ ਇਹਨਾਂ ਦੇ ਰਕਸ਼ੇ ਦੇ ਵਿੱਚ ਮੋਟਰਸਾਈਕਲ ਮਾਰਿਆ ਆਪਣਾ, ਅਤੇ ਇਹ ਮੇਰੇ ਘਰ ਵਾਲਾ ਉੱਥੇ ਇਹਨਾਂ ਦੇ ਦਾਤ ਵੀ ਮਾਰਿਆ, ਇਹ ਉੱਥੇ ਡਿੱਗ ਪਏ, ਅਤੇ ਜਿਹੜੇ 3 ਬੰਦੇ ਸੀ ਇਹ ਜਾਨ ਬਚਾਉਂਦੇ ਮੇਰੇ ਜਸਵੀਰ ਕੁਮਾਰ ਜਿਹੜੇ ਘਰ ਵਾਲੇ ਆ, ਹਾਂ ਨਹੀਂ ਇਹ ਲਾਡੀ ਨੂੰ ਜਾਣਦੇ ਆ, 2 ਬੰਦੇ ਮਤਲਬ ਪਛਾਣ ਨਹੀਂ ਹੋਏ, ਤਾਂ ਜਦੋਂ ਇਹਨਾਂ ਦੇ ਮਾਰਿਆ ਦਾਤ ਆ ਅਤੇ ਇਹ ਉੱਠ ਕੇ ਨੱਠੇ ਆ ਜੀ ਖੇਤੋਂ ਖੇਤੀ, ਅਤੇ 3 ਬੰਦੇ ਉਹ ਮਗਰੇ ਹੀ ਇਹਨਾਂ ਦੇ ਭੱਜੇ ਆ, ਉਹਨਾਂ ਦੇ ਹੱਥਾਂ ਵਿੱਚ ਹਥਿਆਰ ਸੀਗੇ। ਇਹ ਸਾਰੇ ਪਹਿਲਾਂ ਤੋਂ ਮਤਲਬ ਪਹਿਲਾਂ ਵੀ ਸਾਡੇ ਘਰ ਦਾ ਮਤਲਬ ਮਸਲਾ ਆਇਆ ਇਹ, ਵੀ ਇਹਨਾਂ ਨੇ ਪਹਿਲਾਂ ਕੋਠੀ 'ਤੇ ਵੀ ਹਮਲਾ ਕੀਤਾ, ਇਹ ਇਹ ਸਰ ਝੂਠ ਆ, ਇਹ ਝੂਠਾ ਇਲਜ਼ਾਮ ਉਹਨਾਂ 'ਤੇ ਲਾ ਰਹੇ ਆ, ਅਤੇ ਇਹ ਸਭ ਇਹ ਰਕਸ਼ੇ 'ਤੇ ਆ ਰਹੇ ਸੀ ਨਾ ਪੱਠੇ ਲੈ ਕੇ, ਅਤੇ ਇਹ ਮੋਹਰੇ ਇਹ ਇਕੱਲੇ ਹੀ ਸੀ, ਹਾਂਜੀ ਕੀ ਮੰਗ ਕਰਦੇ? ਮੰਗ ਅਸੀਂ ਤਾਂ ਸਾਰਾ ਇਨਸਾਫ਼ ਚਾਹੁੰਦੇ ਹਾਂ, ਸਾਨੂੰ ਪਹਿਲਾਂ ਵੀ ਇਨਸਾਫ਼ ਨਹੀਂ ਮਿਲਿਆ, ਦੇਖੋ ਇਹ ਦੂਜਾ ਹਮਲਾ ਇਹ ਲਾਡੀ ਨੇ ਮਤਲਬ ਦੂਜਾ ਹਮਲਾ ਕਰਤਾ, ਪਹਿਲਾਂ ਨਹੀਂ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਸਾਰੇ ਇਹਨਾਂ ਦਾ ਦੰਦ ਵੀ ਤੋੜਿਆ, ਇਹਨਾਂ ਦੇ ਸਿਰ 'ਚ ਵੀ ਇਸ ਮੁੰਡੇ ਨੇ ਲਾਡੀ ਨੇ ਮਾਰਿਆ, ਇਹ ਤੀਜਾ ਹਮਲਾ ਹੈ ਸਰ ਸਾਡੇ 'ਤੇ, ਅਸੀਂ ਜਲੰਧਰ ਵੀ ਜਾ ਚੁੱਕੇ, ਸਾਰੇ ਪਾਸੇ ਜਾ ਚੁੱਕੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਦੇਖਣਾ ਪੈਣਾ। ਦੇਖੋ ਮੇਰਾ ਨਾਂ ਹਰਮੇਸ਼ ਕੌਰ ਆ, ਇਹ ਜਿਹੜਾ ਮੈਟਰ ਹੋਇਆ ਆ ਇਹ ਕੋਈ ਲੜਾਈ ਝਗੜੇ ਦਾ ਕਤਲ ਦਾ ਕੇਸ ਕੋਈ ਹੋਇਆ ਆ ਨਾ, ਉਹਦੇ ਨਾਲ ਇਹ ਆ ਕਿ ਉੱਥੇ ਮੇਰੇ ਘਰ ਵਾਲਾ ਉਸ ਵੇਲੇ ਨਹੀਂ ਸੀਗਾ, ਜਿਹੜਾ ਉਹਦੇ 'ਤੇ ਨਜਾਇਜ਼ ਇਹਨਾਂ ਨੇ ਪੁਲਿਸ ਵਾਲਿਆਂ ਨੇ ਧੱਕੇ ਨਾਲ ਇਹ ਕੇਸ ਪਾ ਦਿੱਤਾ ਆ। ਮੇਰੇ ਘਰ ਵਾਲੇ ਦਾ ਨਾਂ ਪਵਨ ਕੁਮਾਰ ਮੋਮੀ ਆ, ਉਹ ਆਪਣੀ ਬੇਟੀ ਨੂੰ ਟਿਊਸ਼ਨ ਤੋਂ ਲਿਆ ਕੇ ਘਰ ਲੈ ਕੇ ਆਇਆ ਕੋਈ 5-5 ਦੇ ਕਰੀਬ, ਠੀਕ ਆ,
ਜਦੋਂ ਇਹ ਕੋਈ ਲੜਾਈ ਝਗੜਾ ਹੋਇਆ ਉੱਥੇ ਮੇਰੇ ਘਰ ਵਾਲਾ ਨਹੀਂ ਸੀਗਾ ਉਸ ਵੇਲੇ ਹਾਜ਼ਰ, ਉਹ ਮੇਰੇ ਕੋਲ ਸੀ ਘਰ ਦੇ ਵਿੱਚ। ਇਹ ਪੁਲਿਸ ਵਾਲਿਆਂ ਨੇ ਬੰਟੀ ਦੇ ਕਹਿਣ ਤੇ, ਬੰਟੀ ਇਹ ਸਾਰਾ ਕੁਝ ਕਰਵਾ ਰਿਹਾ ਆ, ਇਸ ਕੋਈ ਪਹਿਲਾਂ ਦੀ ਇਹਨਾਂ ਦੀ ਰੰਜਿਸ਼ ਚੱਲਦੀ ਆ। ਬੰਟੀ ਇਹ ਮੇਰਾ ਦੇ ਰਿਹਾ, ਅਮਰੀਕਾ ਦੇ ਵਿੱਚ ਰਹਿ ਰਿਹਾ ਆ। ਇਹ ਜਿਹੜਾ ਹਰਦੀਪ ਕੁਮਾਰ ਆ, ਜਿਹੜਾ ਹਰਦੀਪ ਕੁਮਾਰ ਆ ਨਾ, ਇਹ ਬੰਟੀ ਦਾ ਬੰਦਾ ਆ ਜਿਹਨੇ ਬਿਆਨ ਦਿੱਤੇ ਆ ਨਾ ਵੀ ਮੇਰੇ ਨਾਲ ਇਹ ਪਵਨ ਨੇ ਸਾਰਾ ਕੁਛ ਕਰਵਾਇਆ, ਪਵਨ ਨੇ ਕਤਲ ਕੀਤਾ ਆ, ਜਸਵੀਰ ਨੇ ਕਤਲ ਕੀਤਾ ਆ, ਇਹ ਬੰਟੀ ਦੇ ਕਹਿਣ 'ਤੇ ਉਹ ਬਿਆਨ ਦੇ ਰਿਹਾ ਆ। ਅਸੀਂ ਇਹੀ ਕਹਿੰਦੇ ਹਾਂ ਪਲੀਜ਼ ਇਸ ਕੇਸ ਨੂੰ, ਜੋ ਵੀ ਸਾਡੇ ਮੇਰੇ ਜੇਠ 'ਤੇ ਜਾਂ ਮੇਰੇ ਘਰ ਵਾਲੇ 'ਤੇ ਕੇਸ ਲੱਗਾ, ਇਹਨੂੰ ਕੋਈ ਵੀ ਕਿਸੇ ਤਰ੍ਹਾਂ ਵੀ ਜਿੰਨੀ ਵੀ ਬਰੀਕੀ ਨਾਲ ਲੈ ਹੁੰਦਾ ਲੈ ਕੇ ਸਾਰੀ ਇਹਦੀ ਜਾਂਚ ਪੜਤਾਲ ਕਰੋ, ਇਹਦੀ ਇਨਕੁਆਇਰੀ ਪਵਾਓ ਸਾਰੇ ਤਰ੍ਹਾਂ, ਜੋ ਸੱਚ ਆ ਉਹਦਾ ਦੇਖੋ, ਇਨਸਾਫ ਕਰੋ। ਸਾਨੂੰ ਪਹਿਲਾਂ ਵੀ ਨਹੀਂ ਕੋਈ ਇਨਸਾਫ ਮਿਲਿਆ, ਸਾਨੂੰ ਹੁਣ ਤਾਂ ਇਨਸਾਫ ਦਵਾਓ, ਹੁਣ ਤਾਂ ਇੱਥੇ ਤੱਕ ਗੱਲ ਪਹੁੰਚ ਗਈ ਆ, ਸਾਡੇ ਸਿਰ ਕਤਲ ਦੇ ਕੇਸ ਪੈਣ ਲੱਗ ਪਏ। ਹੁਣ ਤਾਂ ਉਹ ਜਦ ਕੇ ਕਹਿ ਰਹੇ ਸੀ ਸਾਨੂੰ ਇਹਨਾਂ ਕੰਮਾਂ 'ਚ ਅਸੀਂ ਰੱਖਣ ਆਇਆ, ਸਾਨੂੰ ਉਸੇ ਕੰਮ 'ਚ ਉਹਨੇ ਫਸਾਇਆ।